ਅਤੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਸਾਰੇ ਵਧੀਆ ਹੋ ਗਏ? ਅਤੇ ਅੱਜ ਅਸੀਂ ਭੰਗੜਾ ਟਿਊਟੋਰੀਅਲ ਫਿਰ ਤੋਂ ਲੈ ਕੇ ਆ ਚੁੱਕੇ ਤੁਹਾਡੇ ਲਈ। ਉਮੀਦ ਕਰਦੇ ਸਾਰਿਆਂ ਨੂੰ ਵੀਡੀਓ ਪਸੰਦ ਆਊਗੀ। ਅਗਰ ਪਸੰਦ ਆਉਂਦੀ ਹੈ ਤਾਂ ਲਾਈਕ ਐਂਡ ਸਬਸਕ੍ਰਾਈਬ ਕਰ ਹੀ ਦੇਣਾ। ਅਤੇ ਅੱਜ ਸਾਡੀ ਟਿਊਟੋਰੀਅਲ ਹੋਣ ਵਾਲੀ ਹੈ ਪਟਿਆਲਾ ਸ਼ਾਹੀ ਪੱਗ ਦੇ ਉੱਤੇ ਟਿਊਟੋਰੀਅਲ ਹੋਣ ਵਾਲਾ। ਐਂਡ ਤੱਕ ਜ਼ਰੂਰ ਬਣੇ ਰਹੋ। ਅਗਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਨਾ ਨਾ ਭੁੱਲਿਓ, ਔਰ ਐਂਡ ਤੱਕ ਜ਼ਰੂਰ ਵਾਚ ਕਰਿਓ ਵੀਡੀਓ ਨੂੰ। ਅਗਰ ਵੀਡੀਓ ਤੁਸੀਂ ਵੇਖ ਲੈਂਦੇ ਤੁਸੀਂ ਪਟਿਆਲਾ ਸ਼ਾਹੀ ਪੱਗ ਬਣਨੀ ਸਿੱਖ ਜਾਓਗੇ। ਅਤੇ ਪਹਿਲਾਂ ਸਤਿਕਾਰ ਦੇ ਨਾਲ ਦਸਤਾਰ ਨੂੰ ਪਹਿਲਾਂ ਪੂਨੀ ਕਰ ਲਈਏ, ਫਿਰ ਮਿਲਦੇ ਹਾਂ ਅੱਗੇ ਜਾ ਕੇ ਤੁਹਾਨੂੰ। ਤਬ ਤੱਕ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ। ਪੂਣੀ ਅਸੀਂ ਇੱਥੇ ਕਰ ਲਈਏ ਕੰਪਲੀਟ। ਅਤੇ ਅੱਗੇ ਦੇ ਕੰਮ ਕਰਨ ਤੋਂ ਪਹਿਲਾਂ ਪਹਿਲਾਂ ਇੱਕ ਚੈਨਲ 'ਤੇ ਕਮੈਂਟ ਕਰਨਾ ਜ਼ਰੂਰੀ ਹੈਗਾ। ਤੁਸੀਂ ਵੀਡੀਓ ਦੇਖਦੇ ਜੇ ਜ਼ਰੂਰ ਸਬਸਕ੍ਰਾਈਬ ਨਹੀਂ ਕਰਦੇ, ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਐਂਡ ਤੱਕ ਵਾਚ ਜ਼ਰੂਰ ਕਰਿਆ ਕਰੋ। ਜ਼ਿਆਦਾ ਸਮਝ ਲੈਂਦੇ ਹੋ। ਸਤਿਕਾਰ ਦੇ ਨਾਲ ਪੱਗ ਨੂੰ ਕਰਾਂਗੇ ਸ਼ੁਰੂ। ਮਾਈਕ ਨੂੰ ਕਰ ਲਈ ਸੈੱਟ। 6.5 ਮੀਟਰ ਹੋਣ ਵਾਲੀ ਹੈ ਸਾਡੀ ਪੱਗ ਦੀ। ਫੁੱਲ ਬੋਇਲ ਕੱਪੜਾ ਹੈਗਾ ਜੀ, ਬਲੂ ਕਲਰ ਦੇ ਵਿੱਚ ਸਾਡੀ ਪੱਗ ਹੈ। ਅਤੇ ਐਂਡ ਤੱਕ ਜ਼ਰੂਰ ਬਣੇ ਰਹੋ, ਕਿਉਂਕਿ ਵੀਡੀਓ ਦੇਖ ਲੈਂਦੇ ਤੁਸੀਂ ਪੱਗ ਬਣਨੀ ਸਿੱਖ ਜਾਓ। ਪਹਿਲੇ ਲੜ ਤੋਂ ਸ਼ੁਰੂਆਤ ਕਰਦੇ ਹਾਂ ਆਪਣਾ ਦੀ। ਪਹਿਲਾ ਲੜ ਉਹਨੇ ਮੂੰਹ 'ਚ ਰੱਖਣਾ ਜਿੰਨਾ ਲਾਸਟ ਵਾਲਾ ਲੜ ਪੂਰਾ ਹੋ ਜੂ। ਦੇਖੋ ਜੀ, ਸਾਡਾ ਕੀ ਦਿੱਕਤ ਹੁੰਦੀ ਹੈ, ਸਾਡੇ ਲੜ ਵਿੱਚ ਦਿੱਕਤ ਹੁੰਦੀ ਹੈ ਕਿ ਲਾਸਟ ਵਾਰ ਪੱਗ ਦਾ ਲੜ ਉੱਪਰ ਚਲਾ ਜਾਂਦਾ, ਉੱਪਰ ਡਿਸ ਕਰਕੇ ਜਾਂਦਾ, ਸਹੀ ਲੜ ਨੂੰ ਲੱਭ ਦਿੰਦੀ ਹਾਂ। ਦੇਖੋ ਜਿੰਨਾ ਉਸ ਵੇਲੇ ਸ਼ੇਅ ਹੋ ਜਾਂਦੀ ਹੈ ਪੱਤਲੇ ਵਰਤੋਂ, ਜਿੰਨਾ ਪਤਲਾ ਬਣੂਗੀ ਉਸ ਨੂੰ ਸ਼ੇਅ ਦੇ ਜਿਹੜਾ ਮੋਟਾ ਕਰੋਗੇ ਜਾਂ ਕਾਫੀ ਪਿੱਛੇ ਡੱਚੂਗੀ। ਬਿਜ਼ਨਸ ਲਈ ਤਾਂ ਮੈਂ ਕਹਾਂਗਾ ਕਿ 6.5 ਮੀਟਰ ਪੱਗ ਦੀ ਯੂਜ ਕਰੋ ਜੀ। ਉਹਦੇ ਵਿੱਚ ਛੱਡ ਪੱਗ ਦਿੱਤੂਗੀ, ਬਹੁਤ ਘੈਂਟ ਵੀ ਲੱਗੂਗੀ, ਜ਼ਿਆਦਾ ਸਮੇਂ ਨਹੀਂ ਲੱਗੂਗਾ। ਬਿਲਕੁਲ ਲੜਾਂ ਨੂੰ ਪ੍ਰੋਪਰ ਸ਼ੇਪ ਦੇ ਲਈ ਇਹਦੇ ਲਾਸਟ ਲੜ ਦੀ ਕਰਦੇ ਸ਼ੁਰੂਆਤ। ਦੇਖੋ ਜੀ, ਪਹਿਲਾਂ ਤੁਸੀਂ ਜਿੱਦਾਂ ਵੀ ਬੰਨੀ ਹੈਗੀ ਹੈ ਜੀ, ਪੱਗ ਚੱਲੂਗੀ, ਪਰ ਲਾਸਟ ਦੇ ਲੜ ਨਾਲ ਤੁਹਾਡੀ ਪੱਗ ਜਚਣੀ ਹੈ ਸਾਰੀ। ਇਸ ਕਰਕੇ ਲਾਸਟ ਵਾਲੇ ਲੜ ਨੂੰ ਜਿੰਨਾ ਹੋ ਸਕਦਾ ਪ੍ਰੋਪਰ ਸ਼ੇਪ ਦੇ ਕੇ ਮਾਰੇ। ਪਟਿਆਲਾ ਸ਼ਾਹੀ ਪੱਗ ਦੇ ਉੱਤੇ ਅਸੀਂ ਬਿਲਕੁਲ ਸਿੰਪਲ ਵੇ ਦੇ ਵਿੱਚ ਲੜ ਨੂੰ ਕਨਵਰਟ ਕਰਾਂਗੇ। ਜ਼ਿਆਦਾ ਸਮੇਂ ਨਾ ਲੈਂਦੇ ਹੋਏ ਅੱਗੇ ਵਧਾਂਗੇ। ਅਤੇ ਅੱਜ ਦਾ ਵਿਊ ਵੀ ਬਹੁਤ ਹੀ ਘੈਂਟ ਹੋਣ ਵਾਲਾ, ਕਿਉਂਕਿ ਬਾਰਿਸ਼ ਹੋਈ ਸੀਗੀ। ਅਸੀਂ ਬਣਾਉਂਦੇ ਵੀਡੀਓ ਬਾਹਰ ਆ ਗਏ ਜੀ, ਛੱਤ 'ਤੇ ਸਾਡੀ ਵੀਡੀਓ ਬਣਦੀ ਹੈ ਰੋਜ਼, ਡੇਲੀ ਦੀ ਵੀਡੀਓ ਆਉਂਦੀ ਹੈ ਸਾਡੀ। ਅਤੇ ਲਾਈਕ ਐਂਡ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਛੱਤ ਦੀ ਵੀਡੀਓ ਦੇਖਣ ਲਈ ਦੇਖ ਸਕਦੇ ਹੋ। ਤੁਹਾਡੇ ਸਾਹਮਣੇ ਛੱਤ ਪਾਵਾਂਗੇ। ਛੱਤ ਨੂੰ ਕੀ ਕਰਨਾ, ਇੱਥੋਂ ਲੈ ਕੇ ਇੱਥੋਂ ਬਾਹਰ ਕੱਢਣਾ। ਪਹਿਲਾਂ ਛੱਤ ਦਾ ਦੇਖ ਲੈਣਾ ਕਿ ਕਿੱਥੇ ਹੈਗਾ ਜੀ, ਅਤੇ ਛੱਤ ਨੂੰ ਨੋਰਮਲੀ ਤਰੀਕੇ ਦੇ ਨਾਲ ਤੁਸੀਂ ਪਾ ਲੈਣਾ।
ਥੋੜ੍ਹੀ ਜਿਹੀ ਖਿੱਚ ਲੈਣੀ, ਥੋੜ੍ਹੀ ਖਿੱਚ ਲਈ, ਦੇਖਣਾ ਜਿੱਥੋਂ ਬਾਹਰ ਹੈਗਾ ਜੀ ਉੱਥੋਂ ਮਾਰ ਲਓ ਲੜਨ, ਲੜ ਬਿਲਕੁਲ ਪ੍ਰੋਪਰ ਸ਼ੇਪ ਦੇ ਵਿੱਚ ਹੋਣਾ ਚਾਹੀਦਾ, ਬਿਲਕੁਲ ਪ੍ਰੋਪਰ ਸ਼ੇਪ ਦੇਣੀ ਹੈ ਤੁਸੀਂ ਲੜਾਂ ਨੂੰ, ਕੁਝ ਵੀ ਪਾਰਟ ਮਿਸ ਨਹੀਂ ਕਰਨਾ ਹੈਗਾ ਜੀ। ਅਗਰ ਤੁਸੀਂ ਮਿਸ ਕਰ ਲੈਂਦੇ ਤਾਂ ਤੁਸੀਂ ਪੱਗ ਬੰਨ੍ਹਣੀ ਨਹੀਂ ਸਿੱਖ ਪਾਓਗੇ। ਦੇਖ ਸਕਦੇ ਹੋ ਤੁਹਾਡੇ ਸਾਹਮਣੇ ਪਟਿਆਲਾ ਸ਼ਾਹੀ ਪੱਗ ਸਾਡੀ ਹੋ ਚੁੱਕੀ ਹੈ ਰੇਡੀ, ਦੇਖਣ ਵਿੱਚ ਘੈਂਟ ਲੱਗਦੀ ਹੋਊਗੀ। ਅਤੇ ਤੁਸੀਂ ਜਿੰਨਾ ਪੱਗ ਨੂੰ ਸਤਿਕਾਰ ਦੇ ਨਾਲ ਬੰਨੋਗੇ ਉਨੀ ਦਸਤਾਰ ਤੁਹਾਡੀ ਸਜੂਗੀ। ਅਤੇ ਇਹ ਐਂਡ ਤੱਕ ਵੀਡੀਓ ਦੇਖ ਲਿਓ, ਅਗਰ ਤੁਸੀਂ ਵੇਖ ਲੈਂਦੇ ਤਾਂ ਵੀਡੀਓ ਤੁਸੀਂ ਪੱਗ ਬੰਨ੍ਹਣੀ ਸਿੱਖ ਜਾਓਗੇ। ਅਤੇ ਵੀਡੀਓ ਨੂੰ ਕਰਦੇ ਹਾਂ ਐਂਡ, ਅਤੇ ਮਿਲਾਂਗੇ ਕੋਈ ਚੰਗੀ ਜਿਹੀ ਵੀਡੀਓ ਲੈ ਕੇ। ਤਦ ਤੱਕ ਲਈ ਵੀਡੀਓ ਨੂੰ ਵਾਚ ਕਰੋ ਅਤੇ ਇੱਕ ਪਿਆਰਾ ਜਿਹਾ ਕੋਮੈਂਟ ਕਰ ਦਿਓ। ਅਤੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।